ਸਿਆਬੀ ਨੇ ਅੱਲਾਹ ਦੀ ਗੱਲ ਮੰਨੀ। ਕੁਝ ਚੀਜ਼ਾਂ ਮੰਗਵਾਈਆਂ, ਲੈਣ ਚਲੇ ਗਏ ਬਾਜ਼ਾਰ, ਰਸਤੇ ਵਿੱਚ ਚੀਜ਼ਾਂ ਵੀ ਲਈਆਂ, ਹੱਥ ਮੁਸਾਫਾ ਵੀ ਯਹੂਦੀਆਂ ਨਾਲ ਵੀ ਕਾਫਰਾਂ ਨਾਲ ਵੀ ਕਰਦੇ ਆਏ, ਹੱਥ ਉਂਝੀ ਬੰਨੇ ਨੇ ਅਤੇ ਸਰਕਾਰ ਦੇ ਕੋਲ ਆਪ ਘਰ ਨੂੰ ਤੁਰ ਪਏ ਨੇ ਅਤੇ ਪਿੱਛੇ ਪਿੱਛੇ ਹਜ਼ੂਰ ਮੇਰੇ ਵਾਸਤੇ ਕੀ ਹੁਕਮ? ਫਰਮਾਇਆ ਜਾ ਤੂੰ ਜਿੱਥੋਂ ਛੱਡੀ ਸ਼ੁਰੂ ਕਰਦੇ ਜਾ ਮੁਕੰਮਲ ਕਰ ਲਾ ਆਪਣੇ। ਹਾਂਜੀ ਮੈਂ ਕਹਿੰਦਾ ਕਾਫਰਾਂ ਨਾਲ ਸਲਾਮ, ਯਹੂਦੀਆਂ ਨਾਲ ਰਸਤੇ ਸਲਾਮ, ਕੀ ਹਾਲ ਹੈ ਜੀ? ਖਰੀਅਤ ਹੈ ਜੀ, ਹੱਥ ਬੰਨੇ ਨੇ, ਨਮਾਜ਼ ਹੁੰਦੀ ਪਈ ਹੈ। ਓਏ ਜਿਸ ਨਮਾਜ਼ ਦੇ ਵਿੱਚ ਆਕਾ ਖੜ੍ਹੇ ਹੋ ਜਾਣ ਤਾਂ ਉਹਦੇ ਭਾਵੇਂ ਤੂੰ ਪੂਰਾ ਜਾਣ ਫਿਰ ਕੇ ਆ ਜਾ ਉੱਥੇ ਹੀ, ਕਿਉਂਕਿ ਸੂਈ ਉਹਨਾਂ ਦੀ ਕੁਤਬ ਨਮਾ ਵਾਂਗੂ ਰਹਿੰਦੀ ਕੰਬਲੀ ਵਾਲੇ ਹਲ ਸੀ। ਅਤੇ ਫਿਰ ਰੱਬ ਨੇ ਵੀ ਕੁਰਾਨ 'ਚ ਆਖਿਆ, ਗੱਲ ਸੁਣੋ, ਜਦੋਂ ਮਸਜਿਦ ਕਿਬਲਾ ਤੈਂ 'ਚ ਕਿਬਲਾ ਬਦਲਿਆ, ਪਤਾ ਤੁਹਾਨੂੰ ਕੀ ਹੋਇਆ ਸੀ? ਪਤਾ ਤੁਹਾਨੂੰ ਇਸ ਗੱਲ ਦਾ ਕੀ ਹੋਇਆ ਸੀ? ਉਹ ਇਹ ਤਾਂ ਸਾਰੇ ਮਸਲੇ ਕਰਦੇ ਨੇ ਕਿਬਲਾ ਪੂਰਾ ਜਿਹੜਾ ਸਪਾਰਾ ਨਾ, ਸੈਕੂਲ ਸੁਫਹਾਓ ਮਿਨ ਅੰਨਾਸ ਮਾ ਵੱਲਾਹ ਮਨ ਕਿਬਲਾ ਤੁਮ ਅੱਲਾਹ ਦੀ ਕਾਨੂੰ ਅਲਈ। ਫਿਰ ਅੱਗੇ ਚੱਲਦਿਆਂ ਚੱਲਦਿਆਂ ਲਿਓ ਦੀ ਆ ਇਮਾਨਕੁਮ, ਰੱਬ ਨੇ ਕੀ ਕੀਤਾ ਕਿ ਹਜ਼ੂਰ ਖੜ੍ਹੇ ਸਨ ਅਤੇ ਦਿਲ 'ਚ ਖਿਆਲ ਆਇਆ ਅਤੇ 12 ਵਾਰੀ ਉੱਤੇ ਨੂੰ ਵੇਖਿਆ ਮੂੰਹ ਕਰਕੇ। ਨਮਾਜ਼ ਪੜ੍ਹਾਉਂਦਿਆਂ ਕੋਈ ਮੁਫਤੀ ਸਾਹਿਬ ਮੌਲਵੀ ਸਾਹਿਬ ਘੜੀ ਘੜੀ ਤਾਂ ਵੇਖਣ, ਅਤੇ ਨਮਾਜ਼ ਦੇ ਕੀ ਹਾਲ ਹੋਏਗਾ? ਨਮਾਜ਼ ਠੀਕ ਨਹੀਂ ਰਹਿੰਦੀ। ਸਰਕਾਰ ਨੇ ਜਦੋਂ ਤਾਂ ਵੇਖਿਆ ਨਾ, ਰੱਬ ਨੇ ਵਹੀ ਇਹ ਕੁਰਾਨ ਬਣਾ ਦਿੱਤਾ, ਕੁਰਾਨ ਦਾ ਹਿੱਸਾ ਬਣਾ ਦਿੱਤਾ ਆਪਦੇ ਤਾਂ ਵੇਖਣ ਨੂੰ। ਸੋਹਣਿਆ ਜਿਹੜਾ ਤੂੰ ਵੇਖਣਾ ਪਿਆ ਨਾ, ਅਸੀਂ ਤੈਨੂੰ ਵੇਖ ਰਹੇ ਹਾਂ। ਫਰਮਾਇਆ ਕਿਬਲਤਨ ਤਰਦਾਹ ਫਵੱਲੀ ਵਜਹ ਕਸ਼ਤਰ ਅਲ ਮਸਜਿਦ ਅਲ ਹਰਾਮ। ਅਤੇ ਹਜ਼ੂਰ ਨੇ ਮੂੰਹ ਉਸੇ ਵਕਤ ਮੋੜਿਆ। ਮੋੜਿਆ ਕਿਸ ਤਰ੍ਹਾਂ? ਵੀ ਪਹਿਲੇ ਮੂੰਹ ਮੁਬਾਰਕ ਸੀ ਇੱਧਰ, ਅਤੇ ਫਿਰ ਮੂੰਹ ਕਿੱਧਰ ਨੂੰ ਹੋਇਆ? ਇਸ ਪਾਸੇ। ਪਿੱਛੇ ਸਿਹਾਬਾ ਖੜ੍ਹੇ ਸਨ, ਉਸ ਤੋਂ ਪਿੱਛੇ ਔਰਤਾਂ ਸਨ ਨਮਾਜ਼ ਪੜ੍ਹ ਰਹੀਆਂ। ਰੱਬ ਨੇ ਕਿਹਾ ਮੈਂ ਟੈਸਟ ਲੈ ਰਿਹਾ ਸਾਂ ਸਿਹਾਬਾ ਦਾ। ਹਜ਼ੂਰ ਨੇ ਮਸ਼ਵਰਾ ਤਾਂ ਨਹੀਂ ਕੀਤਾ ਵੀ ਤੁਸੀਂ ਮੂੰਹ ਮੋੜਿਓ, ਬਈ ਕਿਬਲੇ ਸ਼ਰੀਫ ਵੱਲੋਂ ਨਹੀਂ ਮੋੜਨਾ, ਬੈਤਲ ਮੁਕੱਦਸ ਵੱਲੋਂ ਨਹੀਂ ਮੋੜਨਾ ਜਾਂ ਮੋੜ ਲੈਣਾ, ਕੋਈ ਗੱਲ ਨਹੀਂ ਹੋਈ। ਨਮਾਜ਼ ਪੜ੍ਹਦਿਆਂ ਹਜ਼ੂਰ ਮੁੜ ਗਏ, ਰੱਬ ਨੇ ਆਖਿਆ ਮੈਂ ਵੇਖਦਾ ਪਿਆ ਸਾਂ ਸਿਹਾਬਾ ਨੂੰ, ਅਗਰ ਇਹਨਾਂ ਦਾ ਮੂੰਹ ਕਿਬਲੇ ਵੱਲ ਰਹਿੰਦਾ ਇੱਕ ਦਾ ਵੀ ਇਮਾਨ ਨਹੀਂ ਸੀ ਸਲਾਮਤ ਰਹਿ ਸਕਦਾ, ਸਭ ਦੇ ਇਮਾਨ ਜ਼ਾਇਆ ਹੋ ਜਾਣੇ ਸਨ। ਇਹਦਾ ਮਤਲਬ ਕਿਬਲੇ ਵੱਲ ਨੂੰ ਮੂੰਹ ਰਹਿੰਦਾ ਅਤੇ ਇਮਾਨ ਜ਼ਾਇਆ। ਮੈਂ ਵੇਖਿਆ ਕਿ ਪਾਸ ਹੋ ਗਏ ਨੇ, ਇਹਨਾਂ ਨੇ ਕਿਬਲੇ ਦੀ ਪਰਵਾਹ ਨਹੀਂ ਕੀਤੀ। ਇਹਨਾਂ ਨੇ ਆਖਿਆ ਕਿ ਅਸੀਂ ਤਾਂ ਹਜ਼ੂਰ ਦੇ ਰੁੱਖ ਨੂੰ ਵੇਖਣਾ। ਹਜ਼ੂਰ ਦਾ ਰੁੱਖ ਜਿੱਧਰ ਨੂੰ ਮੁੜ ਗਿਆ ਉੱਧਰ ਨੂੰ ਮੂੰਹ ਮੋੜ ਛੜਿਆ। ਹਾਂਜੀ ਇਹ ਸੀ ਸਿਹਾਬਾ ਕਰਾਮ ਦੀ ਨਮਾਜ਼। ਸਮਝਦੇ ਹੋ ਨਮਾਜ਼ ਕਿਸ ਤਰ੍ਹਾਂ ਦੀ ਸੀ? ਹੁਣ ਸਮਝ ਆ ਗਈ ਜੇ? ਜਿਹੜੇ ਲੋਕ ਆਖਦੇ ਨੇ ਜੀ ਅਹਲੇ ਬੈਤ ਦਾ ਨਹੀਂ, ਲਓ ਰੱਬ ਨੂੰ ਪਤਾ ਸੀ ਦਰੂਦ ਸਲਾਮ ਮਟਾਉਣਾ, ਕਈਆਂ ਨੇ ਦੀਵਾਰਾਂ ਤੋਂ ਮਟਾਉਣਾ, ਕਈਆਂ ਨੇ ਕਿਤਾਬਾਂ ਵਿੱਚੋਂ ਮਟਾਉਣਾ, ਲੇਕਿਨ ਆਪਾਂ ਰਾਖੀ ਨਮਾਜ਼ 'ਚ ਛੱਡਿਆ। ਜਿਹੜਾ ਇੱਥੋਂ ਘਟਾਏਗਾ ਨਾ ਤਾਂ ਫਿਰ ਨਮਾਜ਼ ਵੀ ਨਾਲ ਹੀ ਜਾਏਗੀ, ਦਰੂਦ ਨਹੀਂ ਜਾਏਗਾ, ਦਰੂਦ ਨਹੀਂ ਜਾਏਗਾ, ਨਮਾਜ਼ ਵੀ ਚਲੇ ਜਾਏਗੀ। ਉਹ ਬੇਨਮਾਜ਼ੀ ਕਰਕੇ ਮਾਰਸਾਂ। ਅਤੇ ਨਾ ਪੜ੍ਹੇ ਦਰੂਦ, ਅਸੀਂ ਕਹਿੰਦੇ ਹਾਂ ਪੜ੍ਹੋ, ਨਾ ਪੜ੍ਹੋ, ਹੈਂ ਤੇਰੀ ਲੋੜ ਹੀ ਕੋਈ ਨਹੀਂ, ਤੇਰਾ ਬੂਥਾ ਹੀ ਨਹੀਂ ਦਰੂਦ ਪੜ੍ਹਨ ਵਾਲਾ, ਤੇਰਾ ਮੂੰਹ ਹੈ ਚਬਲਾ। ਹੈਂ ਖੁਦਾ ਦੀ ਕਸਮ ਹੈ ਨਬੀ ਦੀ ਜ਼ਾਤ 'ਤੇ ਬਹੁਤ ਬੁਰਾਲ, ਅਸੀਂ ਕਹਿੰਦੇ ਹਾਂ ਸਾਡੇ ਵੱਲ ਮੂੰਹ ਕਰਕੇ ਸਲਾਮ ਲਵੇ ਹੀ ਨਾ, ਉਹਦੇ ਮੂੰਹ ਦੀ ਹਵਾੜ ਹੀ ਅਸੀਂ, ਉਹ ਦਿਲ ਹੀ ਨਹੀਂ ਕਰਦਾ ਸਲਾਮ ਕਰੋ। ਹੈਂ ਓਏ ਤੈਨੂੰ ਸ਼ਰਮ ਨਹੀਂ ਆਉਂਦੀ? ਖੁਦ ਅੱਲਾਹ ਜਿਹਦੇ 'ਤੇ ਦਰੂਦ ਪੜ੍ਹ ਰਿਹਾ, ਤੁਹਾਨੂੰ ਇਬਾਦਤਾਂ 'ਤੇ ਲਾ ਛੱਡਿਆ, ਜਾਓ ਇਬਾਦਤਾਂ ਕਰੋ, ਆਪਣਾ ਆਪੋ ਕੋਈ ਅਮਲ ਨਹੀਂ ਅੱਲਾਹ ਕਰਦਾ, ਤੁਹਾਨੂੰ ਲਾਇਆ ਇਬਾਦਤਾਂ ਕਰੋ, 100 ਇਬਾਦਤਾਂ ਦੇ ਛੜੀਆਂ, ਦਿੱਤੀਆਂ ਕਿ ਨਹੀਂ ਦਿੱਤੀਆਂ? ਆਪਣੇ ਵਾਸਤੇ ਇੱਕ ਅਮਲ ਚੁਣ ਲਿਆ, ਆਖਿਆ ਤੁਸੀਂ ਇਬਾਦਤਾਂ ਕਰਦੇ ਰਹੋ ਅਤੇ ਮੈਂ ਦਿਨ ਰਾਤ ਆਪਣੇ ਨਬੀ ਦਾ ਜ਼ਿਕਰ ਅਤੇ ਤਸਕਰਾ ਕਰਦਾ ਰਹਾਂਗਾ। ਸਾਨੂੰ ਇਬਾਦਤਾਂ 'ਤੇ ਲਾ ਛੱਡਿਆ ਅਤੇ ਆਪੋ ਇੱਕ ਅਮਲ ਚੁਣ ਲਿਆ, ਅਤੇ ਫਿਰ ਰੱਬ ਨੂੰ ਕੈਸਾ ਚਾਹਿਆ ਦਰੂਦ ਪੜ੍ਹਨ ਦਾ, ਆਖਿਆ ਫਰਿਸ਼ਤੋ ਆਓ ਰਲ ਕੇ ਪੜ੍ਹੀਏ, ਫਰਿਸ਼ਤੋ ਆਓ ਰਲ ਕੇ ਪੜ੍ਹੀਏ। ਓਏ ਅੱਲਾਹ ਦੇ ਕੰਮਾਂ 'ਚ ਕੋਈ ਸ਼ਰੀਕ ਹੋ ਸਕਦਾ? ਮੈਨੂੰ ਦੱਸੋ, ਇਮਾਨਦਾਰੀ ਨਾਲ ਦੱਸੋ, ਹੋ ਸਕਦਾ ਸ਼ਰੀਕ? ਦਰੂਦ ਪੜ੍ਹਨ 'ਚ ਸ਼ਰੀਕ ਕਰ ਲਿਆ, ਕੀਤਾ ਕਿ ਨਹੀਂ ਕੀਤਾ? ਅਤੇ ਫਿਰ ਇਮਾਨ ਵਾਲੇ ਵੀ ਵਿਚਾਰੇ, ਯਾ ਅੱਲਾਹ ਫਰਿਸ਼ਤਿਆਂ ਨੂੰ ਤਾਂ ਸਾਡੇ ਵਾਲੇ ਵੀ, ਪਰ ਮੈਂ ਅੱਛਾ ਤੁਸੀਂ ਵੀ ਪੜ੍ਹਿਆ ਕਰੋ, ਤੁਸੀਂ ਵੀ ਸ਼ਾਂ। ਇਹ ਤਾਂ ਅੱਲਾਹ ਬੜੇ ਚਾਅ ਨਾਲ ਆਪਣੇ ਨਬੀ 'ਤੇ ਦਰੂਦ ਸਲਾਮ ਪੜ੍ਹਦਾ, ਅਤੇ ਤੁਸੀਂ ਅੰਦਾਜ਼ਾ ਕਰੋ ਜਦੋਂ ਹਜ਼ੂਰ 'ਤੇ ਪੜ੍ਹ ਰਿਹਾ ਦਰੂਦ ਸਲਾਮ, ਕਿਉਂ ਬਈ? ਹਜ਼ੂਰ ਨੂੰ ਕੀ ਹੁੰਦਾ? ਰਾਹਤ ਹੁੰਦੀ ਹੈ। ਹਜ਼ੂਰ ਨੂੰ ਕੀ ਹੁੰਦੀ ਹੈ?
फीलिंग जिहड़ियां ने आप दियां और रब सलाम पढ़दा वे ते हजूर दी क्या फीलिंग है मैनू तुसी दसो। हाँ जे रब तुहानू सलाम आवे ते तुसी मेरा ख्याल है तुहाडा हाल हो जे सजदे च सिर ही ना चुको 20 साल कि शुक्र जी मर्जी इत्थे या अल्लाह इत्थे मौत दे दे साडे वर्गे नाल सलाम हजूर ना सलाम घड़ी घड़ी सलाम ते मरतबा इंज जांदा पिया हजूर दा मरतबा बढ़ता जा रहा है। वल्ला खीरा तू खैरुल्ला कमीना लूला 11:01 ते जिहड़ी तेरी शान है ना 11:02 ते सोने बहुत वाधू हो जाएगा काम वधदा जाएगा हर सैकंड शान बढ़ रही है। वल्ला खीरा तू खैर जिहड़ी आने वाली कड़ी है पहले वाली नालों बेहतर है वध रही है शान वध रही है ते शान हजूर दी वध रही है। भाई नींद तो नहीं आती पई थक तो नहीं गए आशम